ਹਰਮਨਜੀਤ ਸਿੰਘ ਜੀ ਦੁਆਰਾ ਲਿਖੀ ਪੁਸਤਕ ਰਾਣੀ ਤਤ ਜੋ ਗੋਬਿੰਦ ਕਿਆ ਪਲਾਖਿਆ ਹੋ ਕੇ ਧਰਤੀ ਤੋਂ ਕੁਰਬਾਨ ਤਾਰਾ ਤਪ ਗਿਆ ਵਿੱਚ ਅਸਮਾਨ ਬਣੇ ਜਬ ਆਬ ਕੀ ਓਧ ਨਿਦਾਨ ਜਿਹੜਾ ਫੁੱਲ ਸੋਈ ਕਿਰਪਾਨ ਨਿੱਕਾ ਜਿਹਾ ਬਾਲ ਤੀਰਾਂ ਤਲਵਾਰਾਂ ਨੂੰ ਕਸ-ਕਸ ਕੇ ਪਕੜਦਾ ਤਸਰਸੇ ਦਾ ਪਾਣੀ ਉੱਚਾ ਹੋ ਕੇ ਉਸ ਦੀਆਂ ਸਰਬ ਸਮਰਥ ਬਾਹਾਂ ਨੂੰ ਨਿਹਾਰਦਾ ਕਦੇ ਉਹ ਘੋੜਿਆਂ ਨਾਲ ਦੌੜਾਂ ਲਾਉਂਦਾ ਹੈ ਕਦੇ ਘੋੜਿਆਂ ਤੇ ਸਵਾਰ ਹੋ ਕੇ ਤੁੰਦ ਹਵਾਵਾਂ ਨੂੰ ਮਸ਼ਕਰੀ ਕਰਦਾ ਉਹਦੀ ਮਾਂ ਉਹ ਤੋਂ ਵਾਰੇ-ਵਾਰੇ ਜਾਂਦੀ ਤੇ ਉਹ ਮਾਂ ਦੀ ਬੁੱਕਲ 'ਚ ਵੜ ਕੇ ਉਹਨੂੰ ਮਿੱਠੀਆਂ ਕਰਦਾ ਉੱਚੇ-ਉੱਚੇ ਹਾਸੇ ਹੱਸਦਾ ਉਸਦੇ ਮੌਲਿਕ ਤੇ ਮੁੱਡੇ ਨਵੇਕਲੇ ਕਰਤੱਬ ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦੇ ਉਹਦਾ ਫੁਰਤੀਲਾਪਨ ਪਤਾ ਨਹੀਂ ਕਿੰਨੀਆਂ ਡੂੰਗੀਆਂ ਖੱਡਾਂ ਪੁੱਟ ਕੇ ਨਿਕਲਿਆ ਸੀ ਉਹ ਜਨੰਦਪੁਰ ਦੀਆਂ ਧੂੜਾਂ ਨੂੰ ਆਪਣੇ ਅੰਗਾਂ ਪੈਰਾਂ ਤੋਂ ਵੱਧ ਪਿਆਰ ਕਰਦਾ। ਬਦਲੇ 'ਚ ਇਹ ਮਿੱਟੀ ਵੀ ਉਹਨੂੰ ਮੱਖਣੀ ਬਾਣ ਬਣ ਕੇ ਲੱਗੀ ਤੇ ਆਨੰਦਪੁਰ ਦੀਆਂ ਸਰਹੰਗ ਧੂਪਾਂ 'ਚ ਉਹਦਾ ਜੂਸਾ ਮਿਲਾਉਣ ਲੱਗਾ। ਕਦੇ-ਕਦੇ ਉਹ ਆਪਣੀ ਫੌਜ ਵਿੱਚ ਮੈਦਾਨਾਂ ਤੋਂ ਦੂਰ ਨਿਕਲ ਜਾਂਦਾ। ਉਹਨੂੰ ਦੂਰ-ਦੂਰ ਤੱਕ ਫੈਲੀਆਂ ਲਚਕੀਲੀਆਂ ਤੇ ਦਸਤ ਪੰਜਾਂ ਲੜਾਉਂਦੀਆਂ ਹਰੀਆਂ ਦਲੇਰ ਵੇਲਾਂ ਇੱਕ ਸਾਵੇਂ ਸੁਚੱਜੇ ਰਾਜ ਦੇ ਵਿਸਥਾਰ ਵਰਗੀਆਂ ਲੱਗੀਆਂ। ਕੋਈ ਰੁੱਖ ਉਸ ਨੂੰ ਰਾਜਾ ਕੋਈ ਵਜ਼ੀਰ ਕੋਈ ਜਰਨੈਲ ਤੇ ਕੋਈ ਮਹਾਨ ਬੁਲਾਰੇ ਜਿਹਾ ਵੀ ਲੱਗਦਾ ਪੱਤਾ ਝਾੜਾਂ ਤਣਿਆਂ ਤੇ ਇਹਨਾਂ ਅਲੌਕਿਕ ਕਿਲਿਆਂ ਨੂੰ ਦੇਖ-ਦੇਖ ਉਹ ਹੈਰਾਨ ਹੁੰਦਾ ਜਪਜੀ ਸਾਹਿਬ ਦਾ ਪਾਠ ਉਹਦੀਆਂ ਅੱਖਾਂ ਦੇ ਮੂਰਲੇ ਅਖੁੱਲੀਆਂ ਧੁੱਪਾਂ 'ਚ ਘੁੰਮਣ ਲੱਗਦਾ ਉਹ ਵਣਾਂ ਦੇ ਸਬਜ ਤੇ ਬੇਬਾਕੀ ਨਾਲ ਮਹਿਕਦੇ ਮਾਹੌਲ ਨੂੰ ਦੇਖ ਕੇ ਬੋਲ ਉੱਠਦਾ ਅਮਲ ਧਰਮ ਅਮਲ ਦੀ ਬਾਣ ਬਿਰਖਾਂ ਤੇ ਝੂਟਦਾ ਨਦੀ ਵੱਲ ਹੋ ਤੁਰਦਾ ਕਿੰਨਾ ਕਿੰਨਾ ਚਿਰ ਨਦੀ ਕਿਨਾਰੇ ਜ਼ੰਗੀ ਜ਼ਮੀਨ ਤੇ ਪਿਆ ਰਹਿੰਦਾ ਉਹ ਅਸਮਾਨਾਂ ਦੇ ਨੀਲੇ ਗੁਬੰਦਾ ਨੂੰ ਵੇਖਦਾ ਰਹਿੰਦਾ ਉੱਡਦੇ ਬਾਜਾਂ ਨਾਲ ਆਪ ਵੀ ਉੱਡਦਾ ਰਹਿੰਦਾ ਡੁੰਗੀਆਂ ਸੋਚਾਂ 'ਚ ਗਵਾਚਿਆ ਉਹ ਪਾਣੀ ਦੇ ਨਾਲ ਪ੍ਰਥਮ ਕਾਂਗਾਰੇ ਵਿਚਰਦਾ ਜਿਹੜੀ ਪਹਿਲੀ ਦਫਾ ਧਰਤੀ ਤੇ ਚੜੀ ਹੋਵੇਗੀ ਅਗਲੇ ਹੀ ਪਲ ਉਹ ਉਸ ਜੀਵ ਬਾਰੇ ਸੋਚਦਾ ਜਿਸ ਨੂੰ ਧਰਤੀ ਨੇ ਪਹਿਲੀ ਪਹਿਲੀ ਵਾਰੀ ਆਪਣੇ ਹਿੱਕ ਤੇ ਤੋਰਿਆ ਹੋਵੇਗਾ ਹੁਮੈ ਸਲ ਸਲਾਮ ਹੈ ਸੰਤਲਮ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹਸਨੁਲ ਚਿਰਾਗ ਹੈ ਜੀਵਨੀ ਵਿੱਚ ਜਵਾਨੀ ਵਿੱਚ ਤੀਰਾਂ ਤਲਵਾਰਾਂ ਵਾਂਗਾਂ ਤੇ ਉਸ ਦਾ ਕਸਾਮ ਮੱਠਾ ਨਹੀਂ ਪਿਆ ਇਸ ਪਕੜ ਵਿੱਚ ਸੰਗੋ ਇੱਕ ਸੰਗਣਤਾ ਰਵਾਹ ਹੁੰਦੀ ਗਈ ਦੂਰ ਦ੍ਰਿਸ਼ਟੀ ਰਵਾਹ ਹੁੰਦੀ ਗਈ ਇੱਕ ਗਹਿਰੀ ਧੁੱਪ ਰਵਾਹ ਹੁੰਦੀ ਗਈ ਹੁਣ ਉਹ ਕਦੇ-ਕਦੇ ਕੱਲਾ ਬੈਠਾ ਘੋੜਿਆਂ ਦੀਆਂ ਹਣਕਾਰਾਂ ਤੌੜਾ ਤਲਵਾਰਾਂ ਦੀਆਂ ਗੜਗੱਜ ਆਵਾਜ਼ਾਂ ਤੀਰਾਂ ਦੀ ਨੰਗੀ ਬੇਬਾਕ ਚੁਸਤੀ ਨੂੰ ਅੱਖਾਂ 'ਚ ਅਨਵਾਦ ਕਰਦਾ ਤੇ ਸਤਗੁਰੂ ਕੇ ਦੀਵਾਨਾ 'ਚ ਰੱਖ ਆਉਂਦਾ ਸਰਬ ਲੋਹ ਦਾ ਪ੍ਰਤਾਪ ਉਹਦੇ ਰੇਸ਼ਮ ਅੰਗਾਂ 'ਚੋਂ ਗੁਜ਼ਰਦਾ ਹੋਇਆ ਪੂਰੇ ਅਸਮਾਨ ਤੇ ਛਾ ਜਾਂਦਾ ਤੇ ਫਿਰ ਸ਼ਬਦਾਂ 'ਚ ਬਲਣ ਲੱਗਦਾ ਬਾਬੇ ਬੁੱਢੇ ਦੀ ਬੀੜ ਵਿੱਚ ਜਵਾਨ ਹੋਈ ਉਹਦੇ ਦਾਦੇ ਦੀ ਕਿਰਪਾਨ ਉਹਦੇ ਲੱਕ ਨੂੰ ਪੂਰੀ ਮੇਚ ਆ ਗਈ ਪਿਓ ਦਾਦੇ ਦਾ ਖਜ਼ਾਨਾ ਫਕੀਰ ਹੱਥਾਂ 'ਚ ਆ ਕੇ ਸੰਪੂਰਨ ਹੋ ਗਿਆ ਬਚਪਨ ਚ ਜਿਨਾ ਬਿਰਖਾਂ ਨੂੰ ਦੇਖ ਕੇ ਉਹ ਬਾਵਰਾ ਹੋ ਜਾਂਦਾ ਸੀ ਉਹਨਾਂ ਬਿਰਖਾਂ ਦੀਆਂ ਟੀਸੀਆਂ ਤੋਂ ਹੁਣ ਵੀ ਛਾਵਾਂ 베ਰਾ ਵਾਂਗੂ ਕਿਰ ਕੇ ਉਹਦੀ ਝੋਲੀ ਵਿੱਚ ਡਿੱਗ ਪੈਂਦੀਆਂ ਜਿਵੇਂ ਰੱਬ ਦਾ ਪ੍ਰਸ਼ਾਦ ਹੋਣਾ ਐਸੀ ਠੰਡਕ ਦੀ ਓਟ ਚੋਦੇ ਤੀਰਾਂ ਨੂੰ ਖੰਭ ਫੁੱਟ ਆਏ ਤੇ ਚੁੰਝ ਤੇ ਲੱਗੀ ਹੋਈ ਸਿਹਾਈ ਅਦੁੱਪਤ ਫਲਸਫੇ ਬਾਹਰ ਝਾਕਣ ਲੱਗੇ ਉਸ ਨੂੰ ਵੀ ਭਲੀ ਭਾਂਤ ਪਤਾ ਸੀ ਕਿ ਉਸ ਦਾ ਮਨ ਮੱਥਾ ਤੇ ਉਸਦੇ ਹੱਡ ਪਰਮਾਤਮਾ ਨੇ ਕਿਸੇ ਵੱਡੇ ਬਦਲਾਅ ਵਾਸਤੇ ਚੁਣੇ ਹਨ ਕਦੋਂ ਉਹਦਿਆਂ ਨੈਣਾ ਚ ਤਾਰਿਆਂ ਤੇ ਮਦੀਨੇ ਉਸਰ ਗਏ ਕਦੋਂ ਕੁਲ ਧਰਤ ਦੇ ਕੀਰਤਨੀਏ ਪਹਾੜ ਉਹਦੇ ਲਹੂ ਚ ਘੁਲ ਗਏ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਉਸ ਨੂੰ ਆਉਣ ਵਾਲਾ ਵਕਤ ਸਾਫ਼ ਸਾਫ਼ ਦਿਸ ਰਿਹਾ ਸੀ ਜਦ ਅਸ਼ਵ ਹੁਨਰ ਦਾ ਲਾਚੜ ਦਾ ਪਾ ਇਲਮੋ ਬਰਸਾਤਣ ਸੱਜਣ ਜਿਸ ਵੇਲੇ ਖਿੱਤੀਆਂ ਸਰਕਦੀਆਂ ਤੇਰਾ ਧਰੀਏ ਰੋਜ ਧਿਆਨ ਸੱਜਣ ਪਹਾੜੀ ਜੂਹਾ ਤੇ ਰੁੱਤੇ ਸੁਨਖੜੇ ਦੀਵਾਨ ਸੱਜਣ ਲੱਗੇ ਹਵਾ ਰਣਜੀਤ ਨਗਾਰੇ ਤੇ ਤਾਹਿਰ ਤੜਕਾਂ ਆਵਾਜ਼ਾਂ ਨਾਲ ਭਰੀ ਰਹਿੰਦੀ ਜਦੋਂ ਉਹ ਤਵੇਲਿਆਂ ਚੋਂ ਲੰਘਦਾ ਤਾਂ ਉੱਚਿਆਂ ਪਹਾੜਾਂ ਜਿਹੇ ਸੁਲਤਾਨ ਕੋੜੇ ਆਪਣੇ ਅਲਬੇਲੇ ਮਨੁੱਖ ਦੀ ਸਵਾਰੀ ਨੂੰ ਤਰਸਦੇ ਰਹਿ ਜਾਂਦੇ ਹਸੀਨ ਪਿੰਜਣੀਆਂ ਚ ਚਰਨਾਡ ਜਈ ਛਿੜ ਪੈਂਦੀ ਸਾਹਿਤ ਤੋਂ ਫਿਰ ਸਭਜ ਮੰਦਰ ਵੱਸਣ ਲੱਗਦਾ ਮਹਾਬਲੀ ਰੇਤਿਆਂ ਤੇ ਪਈਆਂ ਜਨੋਰਾਂ ਦੀਆਂ ਪੈੜਾਂ ਅੱਖਰਾਂ ਚ ਦਮਕਣ ਲੱਗ ਪੈਂਦੀਆਂ ਪ੍ਰਾਚੀਨ ਪਹਾੜਾਂ ਤੇ ਜੰਗਲਾਂ ਦੀ ਟਕਸਾਲੀ ਮਹਿਕ ਸ਼ਬਦਾਂ ਚੋਂ ਜਾਗ ਉੱਠੀ ਤਾਜ਼ਗੀ ਪਸਰ ਗਈ ਵੱਡਿਆਂ ਗ੍ਰੰਥਾਂ ਤੇ ਡੂੰਗੇ ਤੇ ਸੋਖੇ ਉਲੱਥੇ ਹੋਣ ਲੱਗੇ ਦਿਲਾਵਰ ਸੁਖਨ ਕੁਦਰਤੇ ਕੁਦਰਤੇ ਨਜ਼ਰ ਦਾ ਜਨਮ ਕੁਦਰਤੇ ਕੁਦਰਤੇ ਤੇ ਫੇਰ ਇੱਕ ਦਿਨ ਉਸ ਦੀ ਕਿਰਪਾ ਦਾ ਚਾਨਣ ਵਰਸਿਆ ਤਹਿਜ਼ੀਬ ਨਿੱਖਰ ਆਈ ਜੈਕਾਰਿਆਂ ਨੂੰ ਸੇਧ ਮਿਲ ਗਈ ਪੰਜ ਦਮਦਾਰ ਤਖਤਛਾਤੀਆਂ ਵਿੱਚ ਉਹ ਆਪ ਵੀ ਉਤਰ ਗਿਆ ਤੇ ਫੈਲਿਆ ਲੱਗਦਾ ਸੀ ਪਿਛਲੇ ਅਨੇਕਾਂ ਸਾਲਾਂ ਦੀ ਗਰਧ ਮਿੱਟੀ ਅਤੇ ਹਵਾ ਉੱਤੇ ਜੋ-ਜੋ ਰਾਜ ਸੀ ਸਮਾਜਿਕ ਅਤੇ ਧਾਰਮਿਕ ਘਟਨਾਵਾਂ ਦਰਜ ਹੋਈਆਂ ਸਨ ਉਹਨਾਂ ਹੀ ਭਾਂਤ ਦੇ ਕਣਾਂ ਨੂੰ ਇੱਕ ਨਵਾਂ ਠੋਸ ਆਕਾਰ ਲੈ ਲਿਆ ਸੀ ਇਸ ਆਕਾਰ ਨੂੰ ਉਹਨੇ ਆਪਣੇ ਤਬੀਬ ਹੱਥਾਂ ਨਾਲ ਗੁੰਨਿਆ ਤੇੜਾ ਲਿਪੀਆਂ ਗਈਆਂ ਤੇ ਖਾਲਸਾ ਪੰਥ ਨੇ ਸਿਰੀ ਚੁੱਕੀ ਪੱਗ ਕੱਲੀ ਵੀ ਹੈ ਪੱਗ ਫੌਜ ਵੀ ਹੈ ਪੱਗ ਨਿਤਰੇ ਮਨ ਦੀ ਮੋਜ ਵੀ ਹੈ ਪੱਗ ਸਫਰ ਹੈ ਜ਼ਫਰ ਹੈ ਗੀਤ ਵੀ ਹੈ ਪੱਗ ਨਜ਼ਰ ਵੀ ਹੈ ਪੱਗ ਨੀਤ ਵੀ ਹੈ ਪੱਗ ਠੜਕ ਦੇ ਠੜਕ ਦੇ ਨਿੱਤਰਾਂ ਚੋਂ ਉੱਠੀ ਇੱਕ ਰੋਹਾਨੀ ਤਾਨ ਵੀ ਹੈ ਪੱਗ ਦੇਗ ਵੀ ਹੈ ਪੱਗ ਤੇਗ ਵੀ ਹੈ ਪੱਗ ਤਰਤ ਵੀ ਹੈ ਅਸਮਾਨ ਵੀ ਹੈ ਸ਼ੀਸ਼ਿਆਂ 'ਚ ਵੀ ਕਦੇ ਤੁੱਪ ਪਰੀ ਗਈ ਹੈ ਹਵਾ ਦੀਆਂ ਬੈਠਕਾਂ 'ਚ ਚਾਨਣ ਦੇ ਸ਼ਮਲੇ ਲਹਿਰਾਏ ਉਹਦੀ ਨਿਸਤਰੀ ਤਬੀਅਤ ਨੇ ਉਹਨੂੰ ਸਾਰੀ ਮਨੁੱਖਤਾ ਦਾ ਹਮਦਰਦ ਬਣਾ ਦਿੱਤਾ ਤੇ ਗੀਤਾਂ ਵਾਲੀ ਧਰਤੀ ਦਾ ਸਰਬਸਾਂਝਾ ਗੁਰੂ ਜਦੋਂ ਇਸ਼ਕ ਜਨਮ ਲੈਂਦਾ ਹੈ ਤਾਂ ਕਿਵੇਂ ਅੰਗਾਂ ਦੇ ਨਕਸ਼ੇ ਬਦਲਦੇ ਨੇ ਤੇ ਕਿਵੇਂ ਕੰਗਰੋੜਾਂ ਬਾਗੀ ਹੋ ਕੇ ਮੱਥੇ ਕਰਜ ਨੇਪਰੇ ਕਰਦੀਆਂ ਨੇ ਇਹ ਸਭ ਉਸ ਦੌਰ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਆਪਣੇ ਸਾਦਾ ਜਿਹੇ ਤੀਰਾਂ ਨਾਲ ਕਾਗਤਾਂ ਤੇ ਨਮਸੰਤ ਨਮਸੰਤ ਵਾਉਂਦਾ ਰਿਹਾ ਇਹੀ ਸ਼ਬਦ ਕਾਗਤਾਂ ਤੋਂ ਉੱਠ ਕੇ ਟੀਬੀਆਂ ਤੇ ਚੜ੍ਹ ਕੇ ਕੌਮ ਦੀ ਰਹਿਨਮਾਈ ਵੀ ਕਰਦੇ ਰਹੇ। ਤਾੜੀਆਂ ਮਾਰਦੇ ਨਿਰਪੋਹ ਹੋ ਕੇ ਗੜੀਆਂ ਚੋਂ ਨਿਕਲਦੇ ਰਹੇ ਮਰਦੇ ਮੈਦਾਨ ਬਣ ਕੇ ਫਤਿਹ ਹਾਸਲ ਕਰਦੇ ਰਹੇ। ਜੂਹਾਂ ਕਿਲੇ ਨਗਰ ਖੇੜੇ ਟੱਬਰ ਗੱਡੀਆਂ ਬੂੰਗੀਆਂ ਨੂੰ ਪਿੱਛੇ ਛੱਡਦੇ ਰਹੇ। ਕਾਂਜ ਲਾਉਂਦੇ ਰਹੇ ਪਾਣਾ ਮੰਨਦੇ ਰਹੇ ਇਹ ਸ਼ਬਦ ਮਾਚੀਵਾੜੇ ਦੀਆਂ ਵਲਗਣਾ ਚ ਵੀ ਨੱਚਦੇ ਰਹੇ ਤੇ ਫਿਰ ਆ ਆ ਕੇ ਪੰਕਤੀਆਂ ਵਿੱਚ ਸੱਜ ਗਏ ਪੁਰਖਿਆਂ ਦਾ ਲਹੂ ਉਹਨਾਂ ਨੂੰ ਤੱਕਦਾ ਰਿਹਾ ਹੈਰਾਨ ਵੀ ਹੁੰਦਾ ਰਿਹਾ ਬਾਤਨ ਫਕੀਰੀ ਜ਼ਾਹਿਰ ਅਮੀਰੀ ਦੇ ਬੋਲ ਹਵਾ ਵਿੱਚ ਤਾਈਆਂ ਚ ਗੂੰਜਦੇ ਚਾਰੇ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰਕੇ ਉਹ ਜ਼ਫਰਨਾਮੇ ਉਸਾਰਦਾ ਰਿਹਾ ਤਮਕ ਐਸੀ ਪਈ ਕਿ ਸ਼ਾਹੀ ਪਿਆਲੇ ਟੁੱਟ ਗਏ ਮੁਗਲਾਂ ਦੇ ਤੰਬੂ ਕਨਾਤਾਂ ਵਿੱਚ ਉੱਡਣ ਲੱਗੇ ਸਰਗੀਆਂ ਦੇ ਨਿਖਰੇ ਸੂਰਜ ਨੇ ਪੈਲ ਪਾਈ ਤੇ ਸ਼ਬਦ ਹੀ ਗੁਰੂ ਹੋ ਗਿਆ ਅੰਬਰਾਂ ਦੀ ਚਾਦਰ ਤੇ ਸ਼ਾਹ ਫਕੀਰੀਆਂ ਦੇ ਟੋਪੇ ਪਰਦਾ ਪਰਮਪੁਰਖ ਦਾ ਦਾਸ ਸਰਵਰੇ ਕਾਇਨਾਤ ਧੂਪਾਂ 'ਚ ਕੁਲ ਗਿਆ ਸਰਸਾ ਦੇ ਪਾਣੀ ਹੁਣ ਵੀ ਉੱਠ ਉੱਠ ਕੇ ਉਹਨੂੰ ਵੇਖਦੇ ਨੇ ਉਹ ਹੁਣ ਵੀ ਉੱਚੇ ਉੱਚੇ ਹਾਸੇ ਹੱਸਦਾ ਆਪਣੀ ਮਾਂ ਨੂੰ ਮਿੱਠੀਆਂ ਕਰਦਾ ਡੁੰਗੀਆਂ ਨਲਤਣਾ ਵੱਲ ਦੇਖਦਾ ਤੀਰਾ ਤਲਵਾਰਾਂ ਨੂੰ ਕਸ-ਕਸ ਕੇ ਪਕੜਦਾ ਹੈ ਘੋੜਿਆਂ ਨਾਲ ਦੌੜਾਂ ਲਗਾਉਂਦਾ ਨਾ ਤਾਂ ਪਾਣੀਆਂ ਦੀ ਲਿਸ਼ਕ ਕਟੀ ਨਾ ਪਹਾੜੀਆਂ ਦਾ ਰੰਗ ਉੱਤਰਿਆ ਨਾ ਹੀ ਧਰਤੀ ਦੇ ਪਿੰਡੇ ਤੋਂ ਉਹਦੀਆਂ ਬੇਪਰਵਾਹੂ ਪੈੜਾਂ ਮਿਟ ਸਕੀਆਂ ਉਹਦੇ ਤੀਰਾਂ ਦੀਆਂ ਚੁੰਝਾਂ ਅੱਜ ਵੀ ਖਾਕ ਬਣ ਕੇ ਹਵਾ ਵਿੱਚ ਉੱਡਦੀਆਂ ਨੇ ਕਲਗੀਆਂ ਲਹਿਰਾਉਂਦੀਆਂ ਨੇ ਬਾਜ ਧਰਤੀ ਤੇ ਉਤਰਦੇ ਨੇ ਹੁਣ ਵੀ ਡੂੰਘੇ ਜਲਾ ਚੋਂ ਅਕਾਲ ਉਸਤਤ ਦੇ ਆਵਾਜ਼ੇ ਉੱਠਦੇ ਨੇ ਤੂੰ ਹੀ ਤੂੰ ਹੀ ਤੋਹੇ 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 ਤੋਹੇ